ve ya este. ਕਿਤਨੇ ਦੀ ਲਈ ਆ ਯਾ 150 ਦਾ 1,25,000 ਕਿਹੜੀ ਜਗ੍ਹਾ ਕਿਹੜੀ ਮੰਡੀ ਤੋਂ ਬਡਿਆਣਾ ਉੱਥੇ ਵੀ ਸਹੀ ਮੰਡੀ ਲੱਗਦੀ ਕਾਫੀ ਵੱਡੀ ਮੰਡੀ ਮੇਰਾ ਖਿਆਲ ਉਹ ਇੱਕ ਚਲੋ ਜੇ ਵਕਤ ਮਿਲੇਗਾ ਤਾਂ ਜਾਵਾਂਗੇ ਤਾਂ ਹੁਣ ਲੈ ਕੇ ਆਏ ਹੋ ਜਾਂ ਕਦੋਂ ਅੱਜ ਹੀ ਲਈ ਹੈ ਅੱਜ ਦੀ ਇਤਵਾਰ 4 ਅਗਸਤ ਸੰਡੇ ਸੋਹਣੀ ਹੈ ਯਾਰ ਆਹੋ ਨਹੀਂ ਨਹੀਂ ਬਿਲਕੁਲ ਠੀਕ ਆ ਮਹੱਲਾ ਕਿਹੜਾ ਹੈਗਾ ਮਹੱਲਾ ਅਰਾਜ਼ੀ ਯਕੂਬ ਠੀਕ ਚਲੋ ਜੀ ਖੁਸ਼ ਰਹੋ ਸ਼ਾਦ ਰਹੋ ਲਓ ਜੀ ਕਿਸ ਤਰ੍ਹਾਂ ਯਾਰ ਮੈਂ ਦੱਸ ਦੇਣਾ ਇਹਨੂੰ ਅਸੀਂ ਸਾਡਾ ਇੱਕ ਚੈਨਲ ਹੈਗਾ ਯੂਟਿਊਬ ਦੇ ਉੱਤੇ ਠੀਕ ਹੈ ਨਾ ਅਸੀਂ ਜਾ ਰਹੇ ਹਾਂ ਇਸ ਵੇਲੇ ਅਕਬਰਾਬਾਦ ਇਮਨਾਬਾਦ ਰੋਡ ਹੀ ਹੈ ਨਾ ਅਤੇ ਅਸੀਂ ਆਏ ਹਾਂ ਸੜਕ ਸੀ ਖਰਾਬ ਮਹੱਲਾ ਰਾਜ਼ੀ ਯਕੂਬ ਵੱਲੋਂ ਇਹ ਤੁਹਾਡੀ ਹੈ ਮੈਂ ਦੇਖੀ ਹੈ ਅਤੇ ਮੈਂ ਕਿਹਾ ਚਲੋ ਇਹ ਬੇਟਾ ਦੱਸ ਹਾਂ ਕੀਮਤਾਂ ਕੀ ਨੇ 52,000 ਇੱਕ ਮਿੰਟ ਇਹ 50,000 ਦਾ ਅੱਛਾ 48,000 52 ਯਾਨੀ ਕਿ ਤਕਰੀਬਨ 50 ਦੀ ਰੇਂਜ 'ਚ ਨੇ ਸਾਰੇ 15 ਚਲੋ ਇਹ ਵੀ ਵਿਕੀ ਜਾਣਗੇ ਕੀ ਨਾਂ ਤੁਹਾਡਾ ਤਲਹਾ ਚਲੋ ਮੈਂ ਤੁਸੀਂ ਇੱਥੇ ਡੇਰਾ ਲਾਇਆ ਤਾ ਜੀ ਇਮਨਾਬਾਦ ਰੋਡ ਖਾਜਾ ਮੁਹੰਮਦ ਅਸ਼ਰਫ ਮਿਊਨਸੀਪਲ ਪਾਰਕ ਇਹਦੇ ਸਾਹਮਣੇ ਆ ਇੱਕ ਸੜਕ 'ਤੇ ਨਵੀਂ ਮਹਿਲ ਬਣੀ ਆ ਹੁਣ ਥੋੜ੍ਹਾ ਅਰਸਾ ਹੀ ਹੋਇਆ ਮਹੱਲਾ ਰਾਜ਼ੀ ਯਕੂਬ ਅੱਗੇ ਪੁੱਲ ਹੈ ਇਮਾਮ ਸਾਹਿਬ ਨੂੰ ਜਾਂਦੀ ਹੈ ਜੀ ਆ ਅੱਛਾ ਕੇ ਐਮ ਅਸ਼ਰਫ ਫੈਕਟਰੀ ਦੇ ਕੋਲ ਬੜੀ ਮਸ਼ਹੂਰ ਫੈਕਟਰੀ ਹੈ ਅੱਛਾ ਚਲੋ ਜੀ ਲਓ ਜੀ ਮਜ਼ਾ ਆਇਆ ਅੱਛੇ ਤੁਹਾਡੇ ਜਾਨਵਰ ਨੇ ਉਹ ਬੜਾ ਪਿੱਛੇ ਖੂਬਸੂਰਤ ਹੈ ਇਹਦੀ ਕੀ ਕੀਮਤ ਹੈ ਇਹ ਵਾਲਾ ਇਹ ਵੀ ਤਕਰੀਬਨ 52,000 ਦਾ ਜੀ 52,000 ਐਵਰੇਜ ਤਾਂ ਇਹੋ ਹੀ ਹੈ 50,000 ਜੀ ਐਵਰੇਜ ਇਹੀ ਹੈ 50,000 ਲਓ ਜੀ ਅਸੀਂ ਜਾ ਰਹੇ ਹਾਂ ਜੀ ਅਕਬਰਾਬਾਦ ਬੜੇ ਲੋਕਾਂ ਦੀ ਫਰਮਾਇਸ਼ ਸੀ ਥੱਲੇ ਉਹ ਕਮੈਂਟਸ ਵਿੱਚ ਲਿਖ ਲਿਖ ਕੇ ਅਤੇ ਇਮਨਾਬਾਦ ਰੋਡ ਹੈ ਜੀ ਅਤੇ ਦੇਖੋ ਅੱਜ ਇਤਵਾਰ ਹੈ ਅਤੇ 4 ਅਗਸਤ ਅਤੇ ਵਕਤ ਇਹਦੀ ਹੈ ਥੋੜ੍ਹੇ 2:25 ਅੱਗੇ ਵੀ ਕੋਈ ਇਸ ਤਰ੍ਹਾਂ ਕੋਈ ਮੈਨੂੰ ਗਰੁੱਪ ਨਜ਼ਰ ਆਇਆ ਚੀਜ਼ਾਂ ਦਾ ਤਾਂ ਮੈਂ ਤਸਵੇ ਆਦਤ ਉੱਥੇ ਵੀ ਕੋਸ਼ਿਸ਼ ਕਰਾਂਗਾ ਥੋੜ੍ਹੀ ਬਹੁਤ ਬਣਾਉਣ ਦੀ ਇਮਨਾਬਾਦ ਰੋਡ ਮੈਂ ਗੁਜ਼ਰਿਆ ਜੀ ਇੱਕ ਮੰਡੀ ਤੋਂ ਮੈਂ ਇੱਥੇ ਵੀ ਦਿਖਾਉਂਦੇ ਹਾਂ ਛੋਟੀ ਜਿਹੀ ਸਾਹਮਣੇ ਇੱਕ ਮਕਾਨ ਹੈ ਉਹਦੇ ਬਾਹਰ ਸ਼ੇਰ ਅਕਾਬ ਥੱਲੇ ਹੁੰਦਾ ਇਹ ਮੈਂ ਨਿਸ਼ਾਨੀ ਦੱਸੀ ਅਗਰ ਕਿਸੇ ਨੇ ਅਜੇ 8-10 ਦਿਨ ਹੁੰਦਾ ਇਹਦੇ ਸਾਹਮਣੇ ਉਹ ਸ਼ੇਰਾਂ ਵਾਲੇ ਮਕਾਨ ਦੇ ਸਾਹਮਣੇ ਹੁਣ ਦੇਖਣੇ ਆ ਜੀ ਆ ਜਾਨਵਰ ਤਾਂ ਬੜੇ ਸੋਹਣੇ ਮਾਸ਼ਾਅੱਲਾ ਬੜਾ ਸਜਾਇਆ ਦਾ ਕੀ ਨਾਂ ਤੁਹਾਡਾ ਆਬਦ ਅੱਛਾ ਇਹ ਕਿੰਨੇ ਦਾ ਜੀ ਹੈ ਤੁਹਾਨੂੰ ਅੰਦਾਜ਼ਾ
4 lakh ਦਾ ਤੇ ਇਹ ਜਿਹੜਾ ਬੈਠਾ ਦਾ ਅੱਛਾ ਇਹਨਾਂ ਦੀ ਕੀਮਤ ਕੀ ਵਜ੍ਹਾ ਆਮ ਤੇ ਮਿਲਦਾ 1.5 lakh ਰੁਪਏ ਦਾ ਵੱਡਾ ਮਾਲ ਹੈ ਇਹ ਵੱਡਾ ਮਾਲ ਹੈ ਅੱਛਾ ਨਹੀਂ ਹੈ ਖੂਬਸੂਰਤ ਵੀ ਹੈ ਨਹੀਂ ਬਣਿਆ ਜੀ ਕੋਈ ਸੌਦਾ ਅਜੇ ਅੱਛਾ ਚਲੋ ਬੜਾ ਜਾਨਵਰ ਅੱਛਾ ਇਹਦੀ ਕੀ ਕੀਮਤ ਹੈ ਜੀ 4.5 lakh ਇਹਨੂੰ ਮੈਂ ਦੂਸਰੇ ਪਾਸਿਓਂ ਵੀ ਲਵਾਂ ਯਾਰ ਚਲੋ ਇਸ ਪਾਸਿਓਂ ਮੀਆਂ ਦੇਖੋ ਨਾ ਥੱਲੇ ਆ ਮਾਸ਼ਾਅੱਲਾ ਜੀ ਬੜਾ ਅੱਛਾ ਹੈਗਾ ਅਤੇ ਇਹ ਜਿਹੜੇ ਦੂਸਰੇ ਹੈਗੇ ਨੇ ਅੱਛਾ ਕੀਮਤ ਫਿਕਸ ਕੋਈ ਨਹੀਂ ਅੱਛਾ ਇਹ ਸਾਰਾ ਉੱਥੋਂ ਬਾਬਲਪੁਰ ਸਾਈਡ ਤੋਂ ਹੀ ਆਪ ਹੀ ਤਿਆਰ ਕੀਤਾ ਕਿਹੜੀ ਜਗ੍ਹਾ ਫਾਰਮ ਹੈ ਕੋਟਲੀ ਬੋਰਾਂ ਉਹ ਕਿਹੜੀ ਜਗ੍ਹਾ ਹੈਗਾ ਆਹੋ ਠੀਕ ਹੈ ਡੇਰਾ ਬਣਾ ਕੇ ਕਿਹੜੀ ਜਗ੍ਹਾ ਹੈਗਾ ਕੋਟਲੀ ਬੋਰਾਂ ਬੁੱਢਾ ਘੁਰਾਇਆ ਤੇ ਸਿਆਲਕੋਟ ਦਾ ਏਰੀਆ ਹੀ ਹੈ ਨਾਂ ਸੁਣੇ ਦੇ ਨੇ ਅੱਛਾ ਚਲੋ ਜੀ ਸ਼ੁਕਰੀਆ ਮੈਂ ਕੋਈ ਮਾਰੇ ਕਿਤੇ ਨਹੀਂ ਲੰਘ ਜਾਵਾਂ ਇੱਧਰ ਮੈਂ ਹੈ ਵੀ ਬਣਾਈ ਹੈ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਠੀਕ ਹੈ ਸਹੀ ਹੈ ਅੰਦਾਜ਼ਾ ਹੋ ਗਿਆ ਬੜਾ ਅੱਛਾ ਤੁਹਾਡਾ ਅੱਛਾ ਕੀਮਤਾਂ ਸਾਰੀਆਂ ਇਹੀ ਨੇ ਏਮਨਾਬਾਦ ਰੋਡ ਕੋਈ ਖਾਸ ਜਗ੍ਹਾ ਤੁਹਾਡਾ ਕਿਸੇ ਨੇ ਪੁੱਛਣਾ ਹੋਏ ਅੱਛਾ ਇਹ ਸਾਹਮਣੇ PSO ਪੈਟਰੋਲ ਪੰਪ ਹੈ ਆਹੋ ਇੱਥੋਂ ਨਜ਼ਰ ਆ ਰਿਹਾ ਚਲੋ ਮੈਂ ਬਾਹਰ ਇੱਥੋਂ ਨਿਕਲਣਾ ਨਾ ਬਾਹਰ ਅਤੇ ਫਿਰ ਇੱਕ ਵਾਰੀ ਹਰਾ ਬੁਰਾ ਬੜਾ ਅੱਛਾ ਸੋਹਣਾ ਲੱਗ ਰਿਹਾ ਜੀ ਪਿੱਛੇ ਵੀ ਆ ਸਾਰਾ ਸਬਜ਼ਾ ਇਹ ਮੈਂ ਇੱਕ ਵਾਰੀ ਆ ਜਿਹੜੇ 4-4 lakh ਵਾਲੇ ਨੇ ਇਹਨਾਂ ਨੂੰ ਇੱਕ ਇੱਕ ਵਾਰੀ ਫਿਰ ਲਈਏ ਜੀ ਇਹ ਤਾਂ VIP ਨੇ ਨਾ ਠੀਕ ਹੈ ਇਹ VIP ਨੇ ਜੀ ਓ ਬਾਬਾ ਚਲੋ ਜੀ ਕੋਈ ਗੱਲ ਨਹੀਂ ਠੀਕ ਹੈ ਚਲੋ ਜੀ ਸ਼ੁਕਰੀਆ ਜੀ ਬਹੁਤ ਬਹੁਤ ਖੁਸ਼ ਰਹੋ ਅਤੇ ਕਿੰਨੇ ਕੁ ਸਨ ਤੁਹਾਡੇ ਜਾਨਵਰ ਵਿਕੇ ਵੀ ਨੇ ਮਤਲਬ ਕਿ ਠੀਕ ਰਿਹਾ ਨਾ ਅਜੇ ਅਜੇ ਤਾਂ 10 ਦਿਨ ਹੈ ਨੇ 4 ਤਰੀਕ 12 ਨੂੰ ਈਦ 8 ਦਿਨ ਹੈ ਨੇ ਅਜੇ ਪੂਰੇ ਆਹੋ ਪੂਰਾ ਹਫ਼ਤਾ ਅਗਲੀ ਇਤਵਾਰ ਵੀ ਵਿੱਚ ਆ ਜਾਏਗੀ ਸੰਡੇ ਨੂੰ ਮੈਂ ਜ਼ਿਆਦਾ ਲੋਕ ਆਉਂਦੇ ਨੇ ਸ਼ਾਇਦ ਚਲੋ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਯਾਰ ਖੁਸ਼ ਰਹੋ ਲਓ ਜੀ ਤੁਹਾਡੇ ਕਸਟਮਰ ਆਏ ਨੇ ਤੁਸੀਂ ਡੀਲ ਕਰੋ ਲਓ ਜੀ ਮੈਂ ਇੱਕ ਵਾਰੀ ਫਿਰ ਬਾਹਰੋਂ ਜਾ ਕੇ ਤੁਹਾਨੂੰ ਕਲੋਜ਼ ਕਰਨਾ ਇਹ ਪੈਟਰੋਲ ਪੰਪ ਹੈ ਜੀ ਲੇਕਿਨ ਲਿਖਿਆ ਤਾਂ ਨਹੀਂ ਕੋਈ PSO ਹੋਵੇ ਕੋਈ ਕਿਹੜਾ PSO ਹੀ ਹੋਣਾ ਮਿਟ ਗਿਆ ਤਾਂ ਲਓ ਜੀ ਇਹ ਸ਼ੇਰ ਦਾ ਟਾਪ ਫਿਰ ਵੇਖ ਲਓ ਰੌਣਕ ਧੁੰਦ ਥੋੜ੍ਹੀ ਜਿਹੀ ਹੋਰ ਦਿਖਾਈ ਹੈ ਅਤੇ ਆ ਰਹੇ ਨੇ ਕਾਫੀ ਅੱਗੇ ਹੁਣ ਅਕਬਰਾਬਾਦ ਮੰਡੀ ਹੈ ਜੀ ਮੇਨ ਅੱਛਾ ਖੁਸ਼ ਰਹੋ ਚਲੋ ਜੀ ਅੱਛਾ ਜ਼ਿੰਦਾ ਦਿਲ ਲੋਕ ਅੱਛੇ ਲੱਗਦੇ ਨੇ ਜੀ ਹੱਸਦੇ ਹਾਂ ਖੇਡਦੇ ਹਾਂ ਅੱਛਾ ਤੁਸੀਂ ਡੇਰਾ ਵੀ ਅੱਛਾ ਸਲੈਕਟ ਕੀਤਾ ਜੋ ਵੀ ਹੈ ਜੀ ਸੋਹਣਾ ਹੈਗਾ ਉਹ ਕਿੰਨੇ ਦਾ ਲਿਆ 8,35,000 ਦੇ 4 1, 2, 3 ਤੇ 4 ਇਹ ਬਣ ਗਿਆ ਜੀ ਤਕਰੀਬਨ ਐਵਰੇਜ 2 lakh 8×32 8,500 ਚਲੋ ਲਓ ਜੀ ਕਿਸੇ ਬਹਾਨੇ ਤੁਹਾਨੂੰ ਰੌਣਕ ਦਿਖਾਈ ਦੀ ਹੈ ਹੁਣ ਮੈਂ ਇਹ ਵਾਲਾ ਕਲਿੱਪ ਇੱਧਰ ਐਂਡ ਕਰਨਾ